ਸਰ ਕੀ ਨਾਮ ਤੁਹਾਡਾ? ਮੇਰਾ ਨਾਮ ਹੈਰੀ ਹੈਗਾ ਜੀ। ਘਰ ਵੀ ਆਪ ਘਰਾਂ ਦਾ ਕੰਮ ਹੋਰ ਕਿਹੜਾ ਕਿਹੜਾ ਕੰਮ ਹੈ? ਸਾਰਾ ਹੀ ਕੰਮ ਹੈਗਾ ਆਪਣੇ ਕੋਲ। ਕਾਰ ਸੈਸਰੀ ਦੇ ਰਿਕੋਰਡਿੰਗ, ਮਤਲਬ ਕਾਰ ਸੈਸਰੀ ਦੇ ਵਿੱਚ ਜਿੱਦਾਂ ਸੀਟ ਕਵਰਸ ਹੋ ਗਏ, ਆਪਣਾ ਮਿਊਜ਼ਿਕ ਸਿਸਟਮ ਹੋ ਗਿਆ, ਲਾਈਟਸ ਹੋ ਗਈਆਂ, LED ਲਾਈਟਸ ਹੋ ਗਈਆਂ, ਮਤਲਬ ਟੋਟਲੀ ਜੋ ਵੀ ਤੁਹਾਨੂੰ ਚਾਹੀਦਾ ਸਾਰਾ ਕੁਛ ਹੀ ਤੁਹਾਨੂੰ ਮਿਲੂਗਾ ਇੱਥੇ, ਮਤਲਬ ਵਨ ਸਟੋਪ 'ਚ ਸਾਰਾ ਕੁਛ ਮਿਲੂ। ਹੋਰ ਗ੍ਰਾਹਕ ਨੂੰ ਕੀ ਫੈਸਿਲਿਟੀ ਮਿਲਦੀ ਜੀ? ਕਸਟਮਰ ਨੂੰ ਮੇਨ ਤਾਂ ਇਹ ਹੈ ਕਿ ਹਾਈ ਐਂਡ ਮਿਊਜ਼ਿਕ ਸਿਸਟਮ ਹੈ ਆਪਣੇ ਕੋਲ, ਅਤੇ ਸੀਟ ਕਵਰ ਜਿਹੜੇ ਹੋ ਗਏ ਸਾਡੇ ਕੋਲ ਤਾਂ ਬ੍ਰਾਂਡ ਹੁੰਦੇ ਆ, ਮਤਲਬ ਲੋਕਲ ਨਹੀਂ ਰੱਖੀਦੇ, ਮਤਲਬ ਨਿਊ ਫਿਟ ਬ੍ਰਾਂਡ ਹੋ ਗਿਆ ਜਾਂ ਹੋਰ ਵੀ ਕਾਫੀ ਬ੍ਰਾਂਡਸ ਹੈਗੇ ਨੇ, ਮਤਲਬ ਬ੍ਰਾਂਡ ਹੀ ਅਵੇਲੇਬਲ ਆ। ਮੈਟਸ ਦੇ ਵਿੱਚ ਵੀ ਬ੍ਰਾਂਡ ਅਵੇਲੇਬਲ ਆ, ਜਿੱਦਾਂ ਮੈਟਸ ਦੇ ਵਿੱਚ ਗੋਲਡਫਿਨ ਚੱਲਦੇ ਆ, 70 ਚੱਲਦੇ ਆ, 90 ਚੱਲਦੇ ਆ, ਇਹ ਸਾਰਾ ਕੁਛ ਮਿਲੂਗਾ। ਰੇਟ ਤਾਂ ਇੱਦਾਂ ਤੁਹਾਨੂੰ ਮੈਂ ਮਤਲਬ ਦੱਸ ਹੀ ਨਹੀਂ ਸਕਦਾ ਕੁਛ ਵੀ, ਕਿਉਂਕਿ ਇੱਕ ਮੈਟ ਜਿਹੜਾ ਹੈਗਾ 1000 ਰੁਪਏ ਤੋਂ ਲੈ ਕੇ 8-10 ਹਜ਼ਾਰ ਤੱਕ ਗੱਡੀ ਦਾ ਹੀ ਮੈਟ ਆਉਂਦਾ, ਅਤੇ ਸੀਟ ਕਵਰ ਵੀ ਇੱਦਾਂ ਹੀ ਆ, 2000 ਰੁਪਏ ਤੋਂ ਲੈ ਕੇ ਅਪਰੋਕਸ ਕੋਈ 17-18 ਹਜ਼ਾਰ ਤੱਕ ਸੀਟ ਕਵਰ ਜਾਂਦੀ। ਇੱਥੇ ਦੀ ਲੋਕੇਸ਼ਨ ਕੀ ਹੈ ਜੇ ਕਿਸੇ ਨੇ ਬਾਹਰੋਂ ਆ ਕੇ ਕਾਰਾਂ ਦਾ ਕੰਮ ਕਰਾਉਣਾ? ਤੁਸੀਂ ਨਾ ਜਲੰਧਰ ਦੇ ਵਿੱਚ PMC ਚੌਂਕ ਅਤੇ ਇੱਕਦਮ ਸੈਸ਼ਨ ਕੋਰਟ ਦੇ ਬੈਕ ਸਾਈਡ ਦਾ, ਕੀ ਨਾਂ ਤੁਹਾਡਾ ਜੀ? ਕਿਹੜੀ ਗੱਡੀ ਦੇ ਕਵਰ ਪੈ ਰਹੇ ਆ ਜੀ? ਸੀਟ ਕਵਰ ਨਿਊ ਫਿਟ ਤੋਂ ਜੀ। ਇਹ ਕਵਰਾਂ ਦਾ ਨਾਂ ਕੀ ਹੈ ਜੀ? ਕਵਰਾਂ ਦਾ ਹੈਗਾ ਨਿਊ ਫਿਟ, ਗੱਡੀ ਦਾ ਨਾਮ ਹੈ ਨਿਊ। ਕਿੰਨਾ ਕੁ ਚਿਰ ਚੱਲਦੇ ਆ ਜੀ ਇਹ ਕਵਰ? ਇਹ ਤਾਂ ਜੀ ਆਪਣੇ ਆਪ ਦੇ ਚਲਾਈ ਦੇ ਆ। ਹਾਂਜੀ, ਸਹੀ ਢੰਗ ਨਾਲ ਚੱਲੀ ਜਾਂਦੇ, ਘੱਟੋ ਘੱਟ 5-7 ਸਾਲ ਆਰਾਮ ਨਾਲ ਕੱਢ ਜਾਂਦੇ ਆ। ਜੇ ਆਪਾਂ ਕੋਈ ਟੁੱਕ ਟੁੱਕ ਲੱਗ ਗਿਆ, ਕੁਛ ਲੱਗ ਗਿਆ, ਵੱਧ ਵੱਧ 2 ਸਾਲ ਇੰਨਾ ਸਾਫ਼ ਰੱਖੋਗੇ ਇੰਨਾ ਵਧੀਆ ਰਹੂਗਾ ਜੀ। ਤੁਹਾਡੇ ਕੋਲ ਅਵੇਲੇਬਲ ਹੈ ਇਹ? ਹਾਂਜੀ, ਤੁਹਾਡੇ ਕੋਲ ਅਵੇਲੇਬਲ ਹੈ ਕਵਰ? ਇਹ ਅਵੇਲੇਬਲ ਆ ਜੀ। Thank you.
और देखो इसे अपन ना स्टीयरिंग कवर पाया है फुल वाला प्रॉपर जिदा टो मोडल गड्डिया आंदा ही है। फिर अपन ये सीट कवर पाए ने न्यू फिट के है। एक अपा ये मेन चीज जी आर्मरेस्ट है BMW स्टाइल गोल्ड फिंच कंपनी का मैच है। P8 कंपनी दी LED लाइट्स हैगी। ये देखिए ना आप बहुत जबरदस्त लाइट है। इधर रात का व्यू भी जो हो सके तो मैं रात का व्यू भी दिखाऊंगा। तो मेन गल जी हैगी है जी शाइनिंग बहुत आ रही है वो आप मेन सेरेमिक कोट की ये 9H कोट हैगी है ऑल गड्डी पूरी गड्डी की। थैंक यू।